पंजाब प्रदेश पल्लेदार मजदूर यूनियन की तरफ से पंजाब स्टेट वेयर हाउस गोदाम आगे धरना प्रदर्शन। श्री मुक्तसर साहिब के मोड़ रोड स्थित पंजाब वेयर हाउस गोदाम के आगे गुरुद्वारा को पंजाब प्रदेश पल्लेदार मजदूर यूनियन की तरफ से मांगों को लेकर धरना लगाया गया। इस दौरान प्रदर्शनकारियों की तरफ से फूड एजेंसियों के पल्लेदारों को पक्का करने और ठेकेदारी व्यवस्था खत्म करने की मांग को लेकर पंजाब सरकार के खिलाफ रोष प्रदर्शन किया गया। बड़ी संख्या में पल्लेदार धरने में शामिल हुए और मांगों को पूरा करने को लेकर सरकार के खिलाफ नारेबाजी करते अपनी भड़ास निकाली। जनहितैषी टीआरपी नहीं खरीदते, भरोसा जीते हैं हम। हाँ जी वीर जी, की नाम है तुहाडा ते धरना जिहड़ा चल रहा, किस मंगा नूं लैके चल रहा? मेरा नाम बलदेव सिंह, श्री मुक्तसर साहब तो पंजाब प्रदेश मजदूर पल्लेदार यूनियन बतौर कैशियर हाँ। सर जी, साडा जिहड़ा धरना उपर सारे पंजाब च सत्त साडिया जथेबंदियां उहनां जथेबंदियां ते ठेकेदारी सिस्टम के तौर पर असीं जिहड़ियां धरना ला रहे हैं। ਤੁਹਾਡੀਆਂ ਕੀ ਮੰਗਾਂ ਜਿਹਨੂੰ ਲੱਗਦੇ ਧਰਨ ਦੇ ਰਹੇ ਹੋ? ਸਾਡੀਆਂ ਮੰਗਾਂ ਇਹ ਆ ਵੀ ਜਿਹੜੇ ਫੂਡ ਦੀਆਂ ਏਜੰਸੀਆਂ, ਹਾਂਜੀ ਮਾਰਫਿਡ, ਪਾਣ ਸਾਹਿਬ, ਵੇਅਰ ਹਾਊਸ, ਫੂਡ ਸਪਲਾਈ ਵਗੈਰਾ, ਇਹਨਾਂ ਦੇ ਵਿੱਚੋਂ ਜਿਹੜਾ ਠੇਕੇਦਾਰ ਸਿਸਟਮ ਖਤਮ ਕਰਕੇ ਪੱਲੇਦਾਰਾਂ ਨੂੰ ਸਿੱਧਾ ਭੁਗਤਾਨ ਉਹਨਾਂ ਦੇ ਖਾਤਿਆਂ ਵਿੱਚ ਦਿੱਤਾ ਜਾਵੇ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜੇ ਮਜ਼ਦੂਰਾਂ ਦੀ ਲੁੱਟ ਹੁੰਦੀ ਆ ਰਹੀ ਆ। ਠੇਕੇਦਾਰ ਆਪਦਾ ਟੈਂਡਰ ਪਾ ਕੇ ਸਾਨੂੰ ਕੁਝ ਰੇਟ ਨਹੀਂ ਦੇ ਰਿਹਾ, ਟੈਂਡਰ ਕਿੰਨਾ ਮਰਜ਼ੀ ਉੱਚਾ ਹੋਵੇ ਸਾਡੇ ਮਜ਼ਦੂਰਾਂ ਦਾ ਜਿਹੜੇ ਚੁੱਲ੍ਹੇ ਜੇ ਠੰਡੇ ਰਹਿੰਦੇ ਆ, ਸਾਨੂੰ ਘੱਟ ਤੋਂ ਘੱਟ ਰੇਟ ਦਿੱਤਾ ਜਾਂਦਾ, 16-16 ਘੰਟੇ ਸਾਡੇ ਤੋਂ ਕੰਮ ਕਰਾਇਆ ਜਾਂਦਾ, ਬੇਵਕਤ ਕੰਮ ਕਰਾਇਆ ਜਾਂਦਾ। ਮਜ਼ਦੂਰਾਂ ਦੀ ਕੋਈ ਸਿਹਤ ਸਹੂਲਤ ਵਾਸਤੇ ਕੋਈ ਗੋਦਾਮਾਂ ਦੇ ਵਿੱਚ ਪਾਣੀ ਪੀਣ ਵਾਸਤੇ ਹੈ ਨਹੀਂ, ਕੋਈ ਬੈਠਣ ਵਾਸਤੇ ਜਗ੍ਹਾ ਹੈ ਨਹੀਂ। ਇਹ ਸਾਡੀਆਂ ਪਿਛਲੇ 20 ਸਾਲ ਤੋਂ ਜਿਹੜੀਆਂ ਮੰਗਾਂ ਹੈ ਲੜਕਾ ਹੈ। ਇਹ ਕਦੋਂ ਤੱਕ ਚੱਲੂਗਾ ਤੁਹਾਡਾ? ਇਹ ਸਾਡਾ ਜੀ ਹੁਣ ਇੱਥੇ ਸਮੇਂ ਵਾਸਤੇ ਆ, ਜੇ ਸਰਕਾਰ ਸਾਡੀਆਂ ਅੱਜ ਮੰਗਾਂ ਸੁਣ ਲਈ ਸੀ ਅੱਜ ਕੰਮ ਕਰਨ ਨੂੰ ਤਿਆਰ ਹੈ। ਸਾਡਾ ਕੋਈ ਇਹ ਹੈ ਨਹੀਂ ਕਿ ਅਸੀਂ ਕੋਈ ਵਿਖਾਵਾ ਕਰਨਾ ਜਾਂ ਕੇਸ ਕਰਨਾ, ਅਸੀਂ ਤਾਂ ਆਪਦੀ ਰੋਟੀ ਰੋਜੀ ਵਾਸਤੇ ਇਹ ਕਰ ਰਹੇ ਹਾਂ। ਠੀਕ ਹੈ, ਸ਼ੁਕਰੀਆ। ਹਾਂਜੀ ਵੀਰ ਜੀ, ਕੀ ਨਾਮ ਹੈ ਤੁਹਾਡਾ ਅਤੇ ਧਰਨਾ ਜਿਹੜਾ ਚੱਲ ਰਿਹਾ, ਕਿਸ ਮੰਗਾਂ ਨੂੰ ਲੈ ਕੇ ਚੱਲ ਰਿਹਾ? ਮੇਰਾ ਨਾਮ ਬਲਦੇਵ ਸਿੰਘ, ਸ੍ਰੀ ਮੁਕਤਸਰ ਸਾਹਿਬ ਤੋਂ ਪੰਜਾਬ ਪ੍ਰਦੇਸ਼ ਮਜ਼ਦੂਰ ਪੱਲੇਦਾਰ ਯੂਨੀਅਨ ਬਤੌਰ ਕੈਸ਼ੀਅਰ ਹਾਂ। ਸਰ ਜੀ, ਇਹ ਸਾਡਾ ਜਿਹੜਾ ਧਰਨਾ ਉੱਪਰ ਸਾਰੇ ਪੰਜਾਬ 'ਚ ਸੱਤ ਸਾਡੀਆਂ ਜਥੇਬੰਦੀਆਂ ਨੇ, ਉਹਨਾਂ ਜਥੇਬੰਦੀਆਂ 'ਤੇ ਠੇਕੇਦਾਰੀ ਸਿਸਟਮ ਦੇ ਤੌਰ 'ਤੇ ਅਸੀਂ ਇਹ ਜਿਹੜੀਆਂ ਧਰਨਾ ਲਾ ਰਹੇ ਹਾਂ। ਤੁਹਾਡੀਆਂ ਕੀ ਮੰਗਾਂ ਜਿਹਨੂੰ ਲੱਗ ਕੇ ਧਰਨਾ ਦੇ ਰਹੇ ਹੋ? ਸਾਡੀਆਂ ਮੰਗਾਂ ਇਹ ਆ ਵੀ ਜਿਹੜੇ ਫੂਡ ਦੀਆਂ ਏਜੰਸੀਆਂ, ਹਾਂਜੀ ਮਾਰਫਿਡ, ਪਾਣ ਸਾਹਿਬ, ਵੇਅਰ ਹਾਊਸ, ਫੂਡ ਸਪਲਾਈ ਵਗੈਰਾ, ਇਹਨਾਂ ਦੇ ਵਿੱਚੋਂ ਜਿਹੜਾ ਠੇਕੇਦਾਰ ਸਿਸਟਮ ਖਤਮ ਕਰਕੇ ਪੱਲੇਦਾਰਾਂ ਨੂੰ ਸਿੱਧਾ ਭੁਗਤਾਨ ਉਹਨਾਂ ਦੇ ਖਾਤਿਆਂ ਵਿੱਚ ਦਿੱਤਾ ਜਾਵੇ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਜਿਹੜੇ ਮਜ਼ਦੂਰਾਂ ਦੀ ਲੁੱਟ ਹੁੰਦੀ ਆ ਰਹੀ ਆ। ਠੇਕੇਦਾਰ ਆਪਦਾ ਟੈਂਡਰ ਪਾ ਕੇ ਸਾਨੂੰ ਕੁਝ ਰੇਟ ਨਹੀਂ ਦੇ ਰਿਹਾ, ਟੈਂਡਰ ਕਿੰਨਾ ਮਰਜ਼ੀ ਉੱਚਾ ਹੋਵੇ ਸਾਡੇ ਮਜ਼ਦੂਰਾਂ ਦਾ ਜਿਹੜੇ ਚੁੱਲ੍ਹੇ ਜੇ ਠੰਡੇ ਰਹਿੰਦੇ ਆ, ਸਾਨੂੰ ਘੱਟ ਤੋਂ ਘੱਟ ਰੇਟ ਦਿੱਤਾ ਜਾਂਦਾ, 16-16 ਘੰਟੇ ਸਾਡੇ ਤੋਂ ਕੰਮ ਕਰਾਇਆ ਜਾਂਦਾ, ਬੇਵਕਤ ਕੰਮ ਕਰਾਇਆ ਜਾਂਦਾ। ਮਜ਼ਦੂਰਾਂ ਦੀ ਕੋਈ ਸਿਹਤ ਸਹੂਲਤ ਵਾਸਤੇ ਕੋਈ ਗੋਦਾਮਾਂ ਦੇ ਵਿੱਚ ਪਾਣੀ ਪੀਣ ਵਾਸਤੇ ਹੈ ਨਹੀਂ, ਕੋਈ ਬੈਠਣ ਵਾਸਤੇ ਜਗ੍ਹਾ ਹੈ ਨਹੀਂ। ਇਹ ਸਾਡੀਆਂ ਪਿਛਲੇ 20 ਸਾਲ ਤੋਂ ਜਿਹੜੀਆਂ ਮੰਗਾਂ ਹੈ ਲੜਕਾ ਹੈ। ਇਹ ਕਦੋਂ ਤੱਕ ਚੱਲੂਗਾ ਤੁਹਾਡਾ? ਇਹ ਸਾਡਾ ਜੀ ਹੁਣ ਇੱਥੇ ਸਮੇਂ ਵਾਸਤੇ ਆ, ਜੇ ਸਰਕਾਰ ਸਾਡੀਆਂ ਅੱਜ ਮੰਗਾਂ ਸੁਣ ਲਈ ਸੀ ਅੱਜ ਕੰਮ ਕਰਨ ਨੂੰ ਤਿਆਰ ਹੈ। ਸਾਡਾ ਕੋਈ ਇਹ ਹੈ ਨਹੀਂ ਕਿ ਅਸੀਂ ਕੋਈ ਵਿਖਾਵਾ ਕਰਨਾ ਜਾਂ ਕੇਸ ਕਰਨਾ, ਅਸੀਂ ਤਾਂ ਆਪਦੀ ਰੋਟੀ ਰੋਜੀ ਵਾਸਤੇ ਇਹ ਕਰ ਰਹੇ ਹਾਂ। ਠੀਕ ਹੈ, ਸ਼ੁਕਰੀਆ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।